ਤਾਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਗਾਤਾਰ ਹਰਿਆਣਾ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸੀ, ਛਰਲੇ ਮਾਰੇ ਜਾ ਰਹੇ ਸੀ ਕਿਸਾਨਾਂ ਦੇ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਕਿਸਾਨਾਂ ਨੇ ਹੁਣ ਇਸ ਚੀਜ਼ ਦਾ ਪੱਕਾ ਹੱਲ ਕੱਢ ਲਿਆ, ਤੁਹਾਨੂੰ ਦਿਖਾਉਣ ਲੱਗੇ ਹਾਂ। ਤਾਂ ਬਾਈ ਜੀ ਢਾਲ ਬਣਵਾ ਕੇ ਲੈ ਕੇ ਆਏ ਨੇ, ਤਸਲਿਆਂ ਦੀ ਬਣਵਾਈ ਹੈ ਬਾਈ ਇਹ? ਜੀ ਇਹ ਤਸਲਿਆਂ ਦੀ ਬਣਾਈ ਹੋਈ ਹੈ। ਸਾਡਾ ਪਿੰਡ ਬਲਾੜ ਮੇਮਾ ਗੋਨਣੇ ਕੋਲੇ ਹੈ। ਅਸੀਂ ਘਰੋਂ ਕੱਲ੍ਹ ਦੇ ਆਉਣੇ ਸੀ, ਕੱਲ੍ਹ ਕਿਸੇ ਕਾਰਨ ਅਸੀਂ ਆ ਨਹੀਂ ਸਕੇ। ਅਸੀਂ ਜਦੋਂ ਦੇਖਿਆ ਵੀ ਇਹ ਛਰਲੇ ਵੱਜਦੇ ਆ ਨੌਜਵਾਨਾਂ ਦੇ, ਅਤੇ ਟੀਅਰ ਗੈਸ ਦੇ ਜਦੋਂ ਸਿੜਦੇ ਆ ਸਿਰ 'ਚ ਵੱਜਦੇ ਆ। ਫਿਰ ਮੈਂ ਬੈਠੇ ਨੇ ਇੱਕ ਕਾਰਡ ਕੱਢੀ, ਮੈਂ ਕਿਹਾ ਵੀ ਆਪਾਂ ਤਸਲਿਆਂ ਦੇ ਆਹ ਚੀਜ਼ ਲਵਾ ਲਈਏ। ਇਹ ਬਾਈ ਚੰਗੀ ਤਰ੍ਹਾਂ ਮੂਹਰੋਂ ਮੁੱਠਾ ਲਾ ਕੇ ਬਣਾਇਆ ਵਾ ਵੀ ਜੇ ਲੋੜ ਹੈ ਐਸਲੋਟ ਆਪਾਂ ਫੇਸ ਵੀ ਲੁਕੋ ਸਕਦੇ ਹਾਂ, ਜੇ ਉੱਤੋਂ ਟਿਕਦਾ ਆਪਾਂ ਐਸਲੋਟ ਵੀ ਕਰ ਸਕਦੇ ਹਾਂ। ਤਾਂ ਕਰਕੇ ਜ਼ਰੂਰਤ ਹੈ ਵੀ ਸਾਰੇ ਬਣਾ ਕੇ ਲੈ ਕੇ ਉਹ ਜਿੰਨਿਆਂ ਨੇ ਘਰੋਂ ਤੁਰਨਾ, ਬੇਨਤੀ ਹੈ ਕਿਉਂਕਿ ਇੱਥੇ ਤਾਂ ਨੈਟਵਰਕ ਦੀ ਪ੍ਰੋਬਲਮ ਪੈਂਦੀ ਹੈ, ਤੁਹਾਡੇ ਮੀਡੀਆ ਰਹੀ ਹੈ ਜਾਵੜੂ, ਇਹ ਗੋਲੀ ਨੂੰ ਵੀ ਚੱਲ ਸਕਦਾ ਬਾਈ, ਜਿਹੜੀ ਉਹ ਗੋਲੀ ਚਲਾਉਂਦੇ ਨੇ ਉਹਨੂੰ ਵੀ ਚੱਲਦਾ ਇਹ। ਇਸ ਲਈ ਇਹ ਬਣਾਇਆ ਵੀ ਐਸਲੋਟ ਹੱਥ ਲਵਾਈ ਆ, ਬਾਈ ਵੀ ਦਿਖਾ ਦੇ ਇਹ 'ਚ ਵੀ ਬਣਾਏ ਹੋਏ ਆ ਵੀ ਇਹ ਬਣਾ ਕੇ ਵੱਧ ਤੋਂ ਵੱਧ ਲੈ ਕੇ ਆਓ। ਇਹ ਅਸੀਂ 10-12 ਬਣਾ ਕੇ ਲੈ ਕੇ ਆਏ, 2-4 ਦੇ ਤੇ, 1-2 ਅਸੀਂ ਕੋਲੇ ਰੱਖ ਲਏ ਵੀ ਕੱਲ੍ਹ ਨੂੰ ਲੋੜ ਪਊਗੀ। ਦਿਮਾਗ ਦੇ ਵਿੱਚ ਫਿਰ ਕਿਵੇਂ ਆਇਆ, ਘਰੇ ਬੈਠਿਆਂ ਨੇ ਦੇਖਿਆ ਪਹਿਲਾਂ ਤਾਂ ਵਾਚ ਕੀਤਾ ਵੀ ਕਿਵੇਂ ਵੱਜ ਰਿਹਾ? ਮਨ 'ਚ ਮਨ ਬਹੁਤ ਦੁਖੀ ਹੈ ਜੀ। ਜਦੋਂ ਮੰਨ ਲਾ ਜੇ ਤਾਂ ਇਹ ਜੰਗ ਦਾ ਮੈਦਾਨ ਤਾਂ ਬਣਦਾ, ਜੇ ਬਰੋਬਰ ਦੇ ਸਾਡੇ ਕੋਲ ਹਥਿਆਰ ਤਾਂ ਬਰੋਬਰ ਦੇ ਉਹਨਾਂ ਕੋਲ ਆਏ, ਫਿਰ ਜਦੋਂ ਮਰਜ਼ੀ ਟੱਕਰਨ। ਪਰ ਜ਼ਰੂਰਤ ਅੱਜ ਢਾਲ ਦੀ, ਸਾਡੇ ਸਾਰਾ ਕੁਛ ਇਤਿਹਾਸ 'ਚ ਪਿਆ, ਗੁਰੂ ਸਾਹਿਬ ਤੋਂ ਜੇ ਸਿੱਖਣ ਦੀ ਜ਼ਰੂਰਤ ਆ। ਆਪਾਂ ਨੂੰ ਵਾਰ ਵੀ ਦਿੱਤਾ ਅਤੇ ਢਾਲ ਵੀ ਦਿੱਤੀ ਹੈ। ਪਹਿਲਾਂ ਆਪਾਂ ਢਾਲ ਨਾਲ ਆਪਾਂ ਆਪਣੇ ਆਪ ਨੂੰ ਬਚਾ ਕਰਨਾ, ਨਹੀਂ ਹਟੇ ਪਰ ਸਾਡੇ ਕੋਲ ਵਾਰ ਵੀ ਹੈਗਾ। ਇਹ ਉਸ ਤਰੀਕੇ ਨਾਲ ਬਣਾਈ ਗਈ ਹੈ, ਢਾਲ ਬਣਾਈ ਗਈ ਹੈ ਬਾਈ। ਕੱਲ੍ਹ ਸ਼ਾਂਤਮਈ ਪ੍ਰੋਟੈਸਟ ਜਿਵੇਂ ਕਰਦੇ ਹੋ ਅੱਗੇ, ਹੋ ਤੁਹਾਡੇ ਉੱਪਰ ਵਾਰ ਜਿਹੜੇ ਕੀਤੇ ਜਾਂਦੇ ਨੇ ਤਾਂ ਉਹ ਰੋਕੂਗੀ ਹੈ ਸ਼ਾਂਤੀ ਬਾਈ? ਜਿੰਨਾ ਚਿਰ ਅਸੀਂ ਮੰਨ ਕੇ ਚੱਲ ਵੀ ਜ਼ਰੂਰਤ ਉਹਨਾਂ 'ਚ ਰੱਖਾਂਗੇ, ਜ਼ਿਆਦਾ ਸ਼ਾਂਤੀ ਮੜੀਆਂ 'ਚ ਹੀ ਹੁੰਦੀ ਹੈ। ਪਰ ਸਾਡੇ ਕੋਲ ਤਾਂ ਇਹ ਵੀ ਹੈ ਵੀ ਜੇ ਪਹਿਲ ਕਰਦੇ ਨਹੀਂ ਜਾਂ ਦੂਜਾ ਤਾਂ ਫਿਰ ਛੱਡਦੇ ਨਹੀਂ, ਸਿੱਧੀ ਗੱਲ ਇਹ ਟੱਪਣਾ ਹੈ ਤਾਂ ਗਾਂਹ ਟੱਪਣਾ, ਪਿੱਛੇ ਰਹਿਣ ਵਾਲੇ ਅਤੇ ਇੱਥੇ ਰਹਿਣ ਵਾਲੇ ਤਾਂ ਮਤਲਬ ਹੀ ਕੋਈ ਨਹੀਂ। ਜਿਵੇਂ ਦੀਪ ਸਿੱਧੂ ਅੱਜ ਨਾ, ਦੀਪ ਸਿੱਧੂ ਹੈ ਨਹੀਂ, ਆਪਾਂ ਕਿਸੇ ਕੋਈ ਯੂਨੀਅਨ ਵੱਲੋਂ ਨਹੀਂ ਆਈ, ਮੈਂ ਤਾਂ ਦੀਪ ਸਿੱਧੂ ਦੀ ਸੋਚ 'ਤੇ ਪਹਿਰਾ ਦੇਣ ਵਾਲਾ ਬੰਦਾ, ਮੈਂ ਅੱਜ ਉਹ ਨਹੀਂ ਤਾਂ ਆਪਾਂ ਜ਼ਰੂਰ ਹਾਜ਼ਰੀ ਲਵਾ ਕੇ ਜਾਵਾਂਗੇ। ਉਹਦੇ ਸੰਸਕਾਰ 'ਤੇ ਵੀ ਤੁਸੀਂ ਮੇਰੀ ਵੀਡੀਓ ਦੇਖੀ ਹੋਊ, ਜਦੋਂ ਮੱਥਾ ਟੇਕਦੇ ਉੱਥੇ ਆਪਾਂ ਕਦੇ ਉਸ ਚੀਜ਼ ਦਾ ਆਪਾਂ ਇਹ ਨਹੀਂ ਲੈਤਾ ਵੀ ਆਪਾਂ ਉਹਦਾ ਕ੍ਰੈਡਿਟ ਲੈ ਗਏ, ਕਿਉਂਕਿ ਉੱਥੇ ਚੀਜ਼ ਹੋਰ ਸੀ। ਉਦੋਂ ਵੀ ਮੈਂ ਸਮਝ ਪਈ ਸੀ ਵੀ ਜਿੱਥੇ ਵੀ ਲੋੜ ਪਊਗੀ, ਦੀਪ ਸਿੰਘ ਤੇਰੀ ਤਾਂ ਨਹੀਂ ਘਾਟ ਪੂਰੀ ਹੁੰਦੀ, ਦੀਪ ਨਹੀਂ ਕੋਈ ਬਣ ਸਕਦਾ, ਪਰ ਜ਼ਰੂਰਤ ਅਨੁਸਾਰ ਜਿੰਨਾ ਹੋਇਆ ਸੀ ਉਹਨਾਂ ਯੋਗਦਾਨ ਪਾਵਾਂਗੇ, ਇਹ ਜ਼ਰੂਰਤ ਹੈ ਬਾਈ। ਹਾਂ ਤਾਂ ਕਿੰਨੇ ਬਣਵਾ ਕੇ ਲਿਆ ਰਹੇ ਹੋ ਫਿਰ ਇਹ? ਬਾਈ ਅਸੀਂ 11 ਤਾਂ 10 ਕੁ ਬਣਾਏ ਹੈ, ਹੁਣ ਸਾਡਾ 100-150 ਦਾ ਇੱਥੇ ਆ ਕੇ ਪਲਾਨ ਬਣਿਆ ਵੀ ਹਰੇਕ ਬੰਦੇ ਨੇ ਇਹ ਚੀਜ਼ ਦੀ ਜ਼ਰੂਰਤ ਚਾਹੀ। ਆ ਇੱਕ ਵੀਰ ਪਿੱਛੇ ਮੋਟਰਸਾਈਕਲ ਲੈ ਕੇ ਹੁਣੇ 10-12 ਬਣਾਉਣ ਗਏ ਹੈ, ਉਹ ਕਹਿੰਦੇ ਵੀ ਯਾਰ ਕੱਲ੍ਹ ਨੂੰ ਇਹ ਚੀਜ਼ ਦੀ ਲੋੜ ਪਊਗੀ, ਉਹਨਾਂ ਨੇ ਵੀ ਇਸ ਚੀਜ਼ ਨੂੰ ਪੂਰਾ ਆਪਾਂ ਮੰਨ ਲਾ ਵੀ ਉਹਨਾਂ ਨੇ ਸਲਾਹਿਆ ਇਸ ਚੀਜ਼ ਨੂੰ, ਤਾਂ ਕਰਕੇ ਉਹ ਕੀਤਾ ਬਾਈ। ਹਾਂ ਤਾਂ ਬਾਈ ਤੁਸੀਂ ਚੱਕੀ ਫਿਰਦੇ ਹੋ, ਬਾਈ ਦੇ ਦਿਮਾਗ ਦੀ ਕਾਢ ਬਣੀ ਆ ਇਹ, ਕਹਿੰਦੇ ਬਣਵਾ ਕੇ ਲੈ ਕੇ ਆਈਏ ਕਿਉਂਕਿ ਅੱਗੇ ਜਦ ਵਾਰ ਕੀਤਾ ਜਾਂਦਾ ਕਹਿੰਦੇ ਉਹਨੂੰ ਰੋਕੂਗਾ ਇਹ। ਹਾਂਜੀ ਹਾਂਜੀ ਜ਼ਰੂਰ ਜੀ, ਕਈ ਵਾਰ ਅਥਰੂ ਗੈਸ ਦੇ ਗੋਲੇ ਹੁੰਦੇ ਨੇ ਆਪਣੇ ਮੂੰਹ 'ਤੇ ਜਾਂ ਪਿੱਛੇ ਲੱਗਦੇ ਨੇ, ਜਾਂ ਰਬੜ ਦੀ ਗੋਲੀ ਮਾਰਦੇ ਨੇ ਆਪਣੀ ਅੱਖ ਦਾ ਅਤੇ ਮੂੰਹ ਦਾ, ਆਪਾਂ ਉਹ ਟੱਕ ਵੀ ਇਹ ਕਵਰ ਕਰ ਸਕਦੇ ਹਾਂ ਵੀ ਉਹ ਆਪਣਾ ਬਚਾਅ ਹੋ ਸਕੇ। ਕਈ ਵਾਰ ਗੋਲਾ ਥੱਲੇ ਡਿੱਗਦਾ ਆਪਾਂ ਉੱਤੇ ਸੁੱਟ ਸਕਦੇ ਹਾਂ ਵੀ ਉਹਨਾਂ ਦੀ ਗੈਸ ਉੱਪਰ ਨੂੰ ਨਹੀਂ ਆ ਸਕਦੀ, ਆਪਣਾ ਬਹੁਤ ਇਹਦਾ ਬਚਾਅ ਹੋਏਗਾ। ਅਸੀਂ ਤਾਂ ਸਾਰੇ ਆਪਣੇ ਨੌਜਵਾਨ ਵੀਰਾਂ ਨੂੰ ਕਹਿੰਦੇ ਹਾਂ ਵੀ ਆਪਣੇ ਪਿੰਡਾਂ ਦੇ ਵਿੱਚੋਂ ਸਿਰਫ 150 ਰੁਪਇਆ ਲੱਗਦਾ, ਆਪਣੇ ਸਾਰੇ ਲੈ ਕੇ ਆਓ ਵੀ ਕੱਲ੍ਹ ਨੂੰ ਇੱਥੇ 18 ਤਰੀਕ ਨੂੰ ਜ਼ਰੂਰ ਪਹੁੰਚੋ ਲੈ ਕੇ ਵੀ ਕਿਸਾਨੀ ਅੰਦੋਲਨ ਵੀ ਕੱਲ੍ਹ ਨੂੰ ਲਾਸਟ ਹੈ ਵੀ ਆਪਾਂ ਨੂੰ ਹਥਿਆਰ ਦੇ ਬਿਨਾਂ ਕੁਛ ਨਹੀਂ ਵੀ ਸ਼ਸਤਰ ਕੇ ਅਧੀਨ ਹੈ ਰਾਜ। ਇੱਕ ਚੀਜ਼ ਦਾ ਹੋਰ ਧਿਆਨ ਦੇਣ ਜਿਹੜੇ ਬਣਾ ਕੇ ਲਿਆਉਂਦੇ ਆ, ਜਿਹੜਾ ਇਹਦਾ ਕੁੰਡਾ ਇਹਦੀ ਗਲਾਈ ਤੋਂ ਬਾਹਰ ਨਾ ਜਾਵੇ, ਕਿਉਂਕਿ ਜਦੋਂ ਸਿੱਟਾਂਗੇ ਤੇ ਜੇ ਕੁੰਡਾ ਉੱਚਾ ਹੋ ਗਿਆ ਤਾਂ ਫਿਰ ਟੀਅਰ ਗੈਸ ਦਾ ਜਿਹੜੀ ਉਹਦਾ ਪ੍ਰਭਾਵ ਰੁਕਣਾ ਨਹੀਂ, ਬਾਹਰ ਨਿਕਲੋ। ਜਦੋਂ ਹੁਣ ਇਹਨੂੰ ਇਸ ਤਰ੍ਹਾਂ ਧਰ ਲਿਆ ਉੱਤੇ, ਇਹ ਆਟੋਮੈਟਿਕ ਟਿਕ ਗਈ, ਇਹ ਜਿਵੇਂ ਮਰਜ਼ੀ ਇਹਦੇ ਉੱਤੇ ਦੇਖ ਲਾ, ਜਿਵੇਂ ਆਹ ਚੀਜ਼ ਇਹ ਚੀਜ਼ ਵਿੱਚ ਪੈ ਕੇ ਬਾਈ ਆਏ, ਜਿਵੇਂ ਮਰਜ਼ੀ ਇਹਦੇ ਉੱਤੇ ਧਰ ਕੇ ਤੇ ਉਹ ਕਰ ਲਾ, ਇਹਦੇ ਲਈ ਐਕਸਪੈਰੀਮੈਂਟ ਵੀ ਕਰਕੇ, ਐਕਸਪੈਰੀਮੈਂਟ ਕਰਕੇ ਬਾਈ ਮੁੱਠੇ ਉਸ ਹਿਸਾਬ ਨਾਲ ਲਵਾਇਆ। ਸਾਡੇ ਗੁਰਮੀਤ ਮਿਸਤਰੀ ਉਹਨੇ ਬਹੁਤ ਸੰਯੋਗ ਦਿੱਤਾ, ਉਹਦਾ ਜੇ ਹੋਰ ਵੀ ਬਣਾਉਣੇ ਆ, ਗੁਰਪ੍ਰੀਤ ਮਿਸਤਰੀ ਆ ਸਾਡੇ, ਉਹਦਾ ਵੀ ਹੋਰ ਵੀ ਬਣਾਉਣੇ ਆ ਤਾਂ ਜ਼ਰੂਰਤ ਅਨੁਸਾਰ ਉਹ ਕਰਾਂਗੇ ਅਸੀਂ।
ਆ ਚੀਜ਼ ਆ ਬਾਈ। ਇਹ ਟੀਅਰ ਗੈਸ ਦਾ ਗੋਲਾ ਬਾਪੂ ਜੀ ਕੀ ਆ ਇਹ? ਹਾਂਜੀ ਇਹ ਕੀ ਚੀਜ਼ ਆ? ਟੀਅਰ ਗੈਸ ਦਾ ਜੀ। ਅੱਛਾ ਇਹ ਕੁਛ ਨਹੀਂ ਕਰਦਾ। ਅੱਛਾ ਇਹ ਕੋਈ ਸਿਹਤ ਤੇ ਅਸਰ ਨਹੀਂ ਇਹਦਾ। ਅੱਛਾ ਹਾਂ ਤੇ ਟੀਅਰ ਗੈਸ ਇਹਦੇ ਵਿੱਚੋਂ ਨਿਕਲਦੀ ਆ ਕਿਹੜਾ ਗੋਲਾ ਇਹ? ਆ ਗੈਸ ਇਹ ਰਬੜ ਦਾ ਜੀ। ਰਬੜ ਦਾ ਤਾਂ ਨਹੀਂ ਹੈਗਾ, ਐਲਮੀਨੀਅਮ ਦਾ ਗੋਲਾ ਜੀ? ਨਹੀਂ ਜੀ ਨਹੀਂ, ਰਬੜ ਦਾ। ਬਾਦਰ ਤੇ ਨਾਸ ਨੂੰ ਛੱਡਦੀ ਆ ਮਾੜੀ ਮਾੜੀ, ਸਮੇਲੋ ਛੱਡਦੇ ਆ। ਇਹਦਾ ਹੀ ਹੱਲ ਬਾਈ ਕੱਢ ਕੇ ਲੈ ਕੇ ਆਇਆ ਬਾਈ, ਕਹਿੰਦਾ ਬਣਵਾ ਖੜੇ ਆ, ਬਿਲਕੁਲ ਜੱਚ ਕੇ ਖੜੇ ਆ। ਤੇ ਇਹ ਗੱਲ ਹੀ ਕੋਈ ਨਹੀਂ ਕਹਿਣ ਦੀ, ਆਪਾਂ ਵਾਰ ਵਾਰ ਕਹਿ ਰਹੇ ਹਾਂ, ਫਿਰ ਕਹਿ ਰਹੇ ਹਾਂ ਵੀ ਗਾਂ ਟੱਪਾਂਗੇ, ਵਾਹਿਗੁਰੂ ਸੁੱਖ ਰੱਖੇ। ਹਾਂ ਜਿੰਨਾ ਚਿਰ ਹਜੇ ਲੀਡਰਾਂ ਦਾ ਹੁਕਮ ਨਹੀਂ ਉਹਨਾਂ ਚਿਰ ਆਪਾਂ ਕੰਟਰੋਲ 'ਚ ਰੱਖੋ, ਕਿਉਂਕਿ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਹੈ। ਇਸ ਲਈ ਆਪਾਂ ਨੂੰ ਥੋੜ੍ਹੀ ਜਿਹੀ ਵੇਟ ਕਰੋ। ਪਰ ਹਾਂ ਇੰਨਾ ਕੁ ਬਾਈ, ਇੰਨੀ ਹੋਰ ਵੀ ਗੱਲ ਦਾ ਧਿਆਨ ਰੱਖਣਾ, ਜਿੰਨੇ ਵੀਰ ਪੂਰੇ ਜੋਸ਼ 'ਚ ਹੈ ਉਹ ਜੋਸ਼ 'ਚ ਰਹਿਣ, ਆਪਾਂ ਮੰਨਦੇ ਹਾਂ, ਪਰ ਨਿੱਤ ਨਵੀਂ ਤੋਂ ਨਵੀਂ ਕਾਢ ਆਪਦੇ ਦਿਮਾਗ ਦੀ ਕੱਢੋ, ਕਿਉਂਕਿ ਸਭ ਤੋਂ ਵੱਡਾ ਵਿਗਿਆਨੀ ਭਾਈ ਲੈਣਾ ਜੀ ਆਪਣੀ ਕੌਮ 'ਚ ਹੋਇਆ, ਠੀਕ ਹੈ? ਜਿਹਨੇ ਉਸ ਵੇਲੇ ਡਿਸਪੋਜ਼ਲ ਤੋਪਾਂ ਬਣਾਈਆਂ ਸੀ, ਅਸੀਂ ਅੱਜ ਚਾਈਨਾ ਦੇ ਡਿਸਪੋਜ਼ਲ ਮੰਨਦੇ ਹਾਂ, ਜਦੋਂ ਉਦੋਂ ਜੰਗ ਹੋਈ ਸੀ ਤੇ ਉਦੋਂ ਉਹਨੇ ਇੱਥੇ ਮੰਨ ਲਾ ਡਿਸਪੋਜ਼ਲ ਤੋਪਾਂ ਬਣਾਈਆਂ ਜਿਹੜੀਆਂ ਵਰਤ ਗਈਆਂ, ਇਹ ਵੀ ਉਹਨਾਂ ਦੀ ਆਪਾਂ ਨੂੰ ਦੇਣ, ਤੇ ਆਪਾਂ ਉਹਨਾਂ ਦਾ ਖੂਨ ਹੈ, ਤੇ ਕਿਤੇ ਨਾ ਕਿਤੇ ਮਾੜਾ ਜਿਹਾ ਜੋਸ਼ ਦੇਣ ਦੀ ਲੋੜ। ਆਪਣੇ ਆਪ ਨੂੰ ਵੇਖਿਓ ਤੁਸੀਂ ਕਿਵੇਂ ਰੰਗ ਦਿਖਾਉਂਦੀ ਹੈ, ਆਰਡਰ ਭਾਲਦੇ ਆ ਗਿਆ ਸਮਝ ਲਓ, ਇਹ ਰਹਿ ਨਹੀਂ ਦਿੰਦੇ ਭਾਈ ਜੀ। ਆਹੀ ਪੱਠਲਾਂ 'ਚ ਪਾ ਕੇ ਪੂਰਾ ਪੂਰਾ ਲੈ ਜਾਂਗੇ ਜੀ ਅਸੀਂ, ਤੁਹਾਡੇ ਭਤੀਜ ਨੇ ਫਿਰ ਇੱਕ ਕਾਰਡ ਕੱਢ। ਹਾਂਜੀ ਆਹੀ ਪੱਠਲਾਂ 'ਚ ਸਾਨੂੰ ਨਾ ਇੱਕ ਇੱਕ ਨਾਟ ਨਾਟ ਹੀ ਆਊਗਾ ਪੂਰਾ ਕਾ, ਸਾਨੂੰ ਕੁਛ ਨਹੀਂ ਆਉਂਦਾ। ਸਾਡੇ 2 ਰੁਪਈਆਂ ਦੇ ਪਤੰਗ ਨੇ ਉਹਨਾਂ ਦਾ ਡਰੋਨ ਸੈੱਟ ਲਿਆ, ਇਹ ਤਾਂ ਹੀ ਕੀ ਚੀਜ਼ ਆ। ਅੱਛਾ 2 ਰੁਪਈਆਂ ਦੇ ਪਤੰਗ ਨੇ ਉਹ ਸੈੱਟ ਲਿਆ, ਇਹ ਤਾਂ 100 ਲਾਇਆ, 100 ਲਾਇਆ ਤਾਂ ਇਹ ਤੁਸੀਂ ਐਂ ਵੇਖਿਓ, ਜਦੋਂ ਇਹ ਚੀਜ਼ਾਂ ਬਣ ਗਏ ਨਾ ਬਾਰਡਰ 'ਤੇ ਆਮ ਦਿਸ ਲੱਗ ਗਈਆਂ, ਜਿਹਨੇ ਸਿੱਟਾਂਗੇ ਤਾਂ ਅਸੀਂ ਬੰਬ 'ਤੇ, ਅਤੇ ਮੁੜ ਕੇ ਮੋਦੀ ਨੂੰ ਉੱਥੇ ਬੈਠੇ ਨੂੰ ਆਊਗਾ। ਇੱਕ ਗੱਲ ਦੀ ਯਾਦ ਰੱਖਿਓ ਗੱਲ, ਹੁਣ ਪਤਾ ਲੱਗੂ ਵੀ ਹਾਂ ਕੁਛ ਬਣਿਆ, ਆਹ ਰੌਲਾ ਮੇਨ। ਉੱਧਰੋਂ ਉਹਨਾਂ ਨੇ ਮੰਨ ਲਓ ਪਲਾਸਟਿਕ ਵਾਲੇ ਚੱਕੇ ਹੋਏ ਨੇ, ਢਾਲਾਈਆਂ ਨੇ ਜਿਹੜੀਆਂ, ਇਹ ਤੁਸੀਂ ਇੱਧਰੋਂ ਇਹ ਚੱਕੇ ਬਾਈ, ਜਿੰਨਾ ਉਹ ਇੰਤਜ਼ਾਮ ਕਰਨਗੇ 10 ਗੁਣਾ ਹੋ ਕੇ ਮਿਲਾਂਗੇ। ਹਜੇ ਹੋਰ ਬਹੁਤ ਕੱਢਾ ਪੰਗੇ ਮਨ 'ਚ, ਬੇਫਿਕਰ ਹੋ ਜਾਓ, ਇੱਥੇ ਇਸੇ ਵਾਸਤੇ ਆਏ ਹਾਂ, ਵਾਹਿਗੁਰੂ ਸੁੱਖ ਰੱਖੇ। ਹਾਂ ਤਾਂ ਦੇਖ ਸਕਦੇ ਹੋ ਤੁਸੀਂ ਇਸ ਅਥਰੂ ਗੈਸ ਦੇ ਗੋਲੇ ਦੀ ਜਿਹੜੀ ਹੈਗੀ ਹੈ, ਇਹਨਾਂ ਨੇ ਬਚਾਓ ਦੇ ਲਈ ਬਾਈਆਂ ਨੇ ਢਾਲ ਤਿਆਰ ਕਰ ਲਈ। ਕਹਿੰਦੇ ਜੇਕਰ ਸਾਡੇ ਗੋਲਾ ਸਿੱਟਿਆ ਤਾਂ ਇਹ ਗੋਲਾ ਥੱਲੇ ਸਿੱਟਿਆ ਹੋਊਗਾ, ਗੋਲੇ ਦੇ ਉੱਪਰ ਆ ਸਿੱਟ ਕੇ ਗੈਸ ਆ ਜਿਹੜੀ ਗੈਸ ਤੋਂ ਬਚਾਓ ਹੋ ਜਾਊਗਾ। ਅਤੇ ਦੂਜੇ ਤਰੀਕੇ ਦੇ ਨਾਲ ਇਹ ਜਿਹੜੀ ਹੈਗੀ ਆ, ਜੇ ਸਾਹਮਣਿਓਂ ਗੋਲੀ ਵੱਜਦੀ ਆ ਜਾਂ ਕੋਈ ਹੋਰ ਜਿਵੇਂ ਛਰਲੇ ਵੱਜਦੇ ਨੇ ਤਾਂ ਉਹ ਤੋਂ ਵੀ ਬਚਾਓ ਰਹੂਗਾ। ਤਾਂ ਕਿਸਾਨ ਵੀ ਪੂਰੇ ਤਰੀਕੇ ਦੇ ਨਾਲ, ਜੇ ਅੱਗੇਓਂ ਹਰਿਆਣਾ ਪ੍ਰਸ਼ਾਸਨ ਇਸ ਤਰੀਕੇ ਦੀ ਕਾਰਵਾਈ ਕਰੂਗਾ ਤਾਂ ਕਿਸਾਨ ਵੀ ਉਹਨਾਂ ਦੇ ਵਾਰ ਨੂੰ ਰੋਕਣ ਦੇ ਲਈ ਢਾਲਾਂ ਨੇ ਜਿਹੜੀਆਂ ਉਹ ਬਣਾ ਰਹੇ ਨੇ, ਤਾਂ ਕਿ ਜੋ ਨੁਕਸਾਨ ਹੈ ਜਿਹੜਾ ਉਹ ਨਾ ਹੋ ਸਕੇ।